ਟਾਈਮ ਤੋਂ ਬਾਅਦ ਸਕੂਲਾਂ ਦੇ ਪਿੰਡ ਦੀ ਮਾਂ ਵੀ ਖੇਡਦੀਆਂ ਬੱਚੇ ਨਹੀਂ ਹੁੰਦੀਆਂ ਤੇ ਉਹ ਬੱਚੇ ਵੀ ਸਕੂਲ ਦੇ ਪਿੰਡਾਂ ਦੇ ਹੁੰਦੇ ਇਸ਼ੂ ਬਹੁਤ ਬੜਾ ਬਣ ਗਿਆ ਯਾਰ ਲੜਾਈ ਕਾ ਬਣ ਰਿਹਾ ਇਸ਼ੂ ਤੀਸਰੀ ਟਾਂਗ ਉਸਕੇ ਪਿੱਛੇ ਹੈ ਵੋ ਦੇਖਨੇ ਆਪ ਮਾਸ਼ਾਅੱਲਾ ਜੀ ਆਜ ਬਾਦਲ ਛਾ ਚੁੱਕੇ ਹੈਂ ਯਾਰ ਬਾਰਿਸ਼ ਆਏਗੀ ਆਜ ਨਾ ਪਹਿਲੇ ਆਪ ਇਸ ਘੜੀ ਕੋ ਗੌਰ ਸੇ ਦੇਖੇ ਯਾਰ ਪਿਆਰੀ ਲੱਗ ਰਹੀ ਹੈ ਨਾ ਸਹੀ ਹੈ ਘੜੀ ਹਾਂ ਚੋਰੀ ਦੀ ਹੈ ਚੱਲ ਚੋਰੀ ਤੈਨੂੰ ਚੋਰੀ ਦੀ ਲੱਗਦੀ ਹੈ ਮੁਰਗੀਆਂ ਲਾਉਣ ਆਇਆ ਦਾ ਸੀ ਉਹ ਬੰਦਾ ਤੇ ਉਹਦੀ ਵਿਚਾਰੇ ਨੇ ਖੋਲੀ ਹੈ ਮੈਂ ਖੁਦ ਬਤਾਤਾ ਹੂੰ ਉਨਕੋ ਚੋਰੀ ਦੀ ਹੈ ਮੰਨੋ ਨਾ ਮੰਨੋ ਚੋਰੀ ਦੀ ਹੈ ਚੋਰੀ ਮੈਂ ਬਾਈ ਖੁਦ ਬਤਾਣੇ ਲਗਾ ਹੂੰ ਉਨਕੋ ਦੱਸੋ ਦੱਸੋ ਵੈਸੇ ਹੈ ਚੋਰੀ ਦੀ ਹੈ ਕੈਮਰਾ ਫਾਰ ਹੈਲੋ ਜੀ ਅਸਲਾਮ ਵਾਲੇਕੁਮ ਦੋਸਤੋ ਕੈਸੇ ਆਪ ਉਮੀਦ ਹੈ ਠੀਕ ਹੈ ਖੈਰ ਸੇ ਤੋ ਅੱਜ ਕਾ ਪਿਆਰਾ ਸਭ ਲੋਕ ਦੋਸਤੋ ਕਰਤੇ ਹੈ ਸ਼ੁਰੂ ਯਾਰ ਅਸਲ ਮੈਂ ਸੀਨ ਪਤਾ ਕਿਆ ਹੁਆ ਹੈ ਮੁਰਗੀਆਂ ਮਾੜੇ ਦੇਣੇ ਆਤੇ ਸਪਲਾਈ ਰੋਜ਼ ਸੁਬਾਹ ਨਾ ਦੁਕਾਨ ਪਰ ਜਾ ਚੂ ਜੀ ਕੋ ਉਹ ਕਿਆ ਸੀਨ ਹੋਆ ਕਿ ਉਸੇ ਮੈਨੇ ਕਹਾ ਕਿ ਘੜੀ ਬਤਾਓ ਆਪਣੀ ਮੈਨੇ ਚੈੱਕ ਕਰਨੀ ਹੈ ਨਾ ਮੈਨੇ ਉਸੇ ਲੀ ਔਰ ਇਧਰ ਡਾਲ ਦੀ ਆਪਣੇ ਹੱਥੋਂ ਪਰ ਉਹ ਕਿਆ ਹੋਆ ਕਿ ਉਸਨੇ ਮੁਰਗੀ ਮਾੜੇ ਖੁੱਡੇ ਮੇ ਰੱਖੀ ਹੈ ਤੋ ਬਾਅਦ ਮੈਂ ਨਾ ਬਾਹਰ ਆਇਆ ਘਰ ਸੇ ਤੋ ਬਾਹਰ ਆਇਆ ਹੀ ਨਹੀਂ ਉਹ ਚਲਾ ਗਿਆ ਹੋਇਆ ਮੈਨੇ ਫਿਰ ਇਧਰ ਹੀ ਰਹਿਣੇ ਦੀ ਮੈਨੇ ਕਹਾ ਕੱਲ੍ਹ ਜਾਂ ਪਰਸੋਂ ਆਏਗਾ ਫਿਰ ਉਸੇ ਵਾਪਸੀ ਕਰ ਦੇਵਾਂਗੇ ਇਨਸ਼ਾਅੱਲਾ ਹਾਂਜੀ ਉਧਰ ਨੂੰ ਮਹਾਲ ਲਿਆ ਕਰ ਜਦੋਂ ਮੈਂ ਹਾਂਜੀ ਕਿਹਾ ਤਾਂ ਉਧਰ ਕਿਹਨੂੰ ਗਿਆ ਉਹਨਾਂ ਕਹਿੰਦਾ ਕੰਧ ਨੂੰ ਗਿਆ ਵੈਸੇ ਹੈ ਚੋਰੀ ਦੀ ਆ ਅਯਾ ਚੱਲ ਬਾਕੀ ਯਾਰ ਵੈਲਕਮ ਆਪਕਾ ਵਲੌਗ ਕੇ ਅੰਦਰ ਆਜ ਇਨਸ਼ਾਅੱਲਾ ਭਾਈ ਲੋਗ ਨੇ ਚਲੇ ਜਾਣਾ ਹੈ ਪਤਾ ਨਹੀਂ ਹੈ ਅਭੀ ਗਏ ਆ ਕਿ ਨਹੀਂ ਗਏ ਮਾਸ਼ਾਅੱਲਾ ਮੌਸਮ ਬਹੁਤ ਪਿਆਰਾ ਹੋ ਗਿਆ ਬਾਰਿਸ਼ ਨਾ ਯਾਰ ਕਣਕੋਂ ਕਾ ਪਹਿਲੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂ ਸਫਿਆਨ ਹਾਂ ਹਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੈਂ ਤਾਂ ਕਹਿੰਦਾ ਹੂੰ ਬਾਰਿਸ਼ ਨਾ ਹੀ ਆਏ ਅੱਲਾ ਪਾਕ ਕਰਨ ਵੈਸੇ ਬਾਰਿਸ਼ ਆਪਣੀ ਰਹਿਮਤ ਦੀ ਅੱਛਾ ਨਾਲੇ ਨਾ ਆਏ ਨਾਲੇ ਰਹਿਮਤ ਦੀ ਬਾਰਿਸ਼ ਕਰਨ ਆਪ ਇਸ ਕਾ ਹਾਲ ਦੇਖ ਲੈ ਯਾਰ ਛੁੱਟੀ ਹੋ ਗਈ ਆ ਓਏ ਬੱਦਲ ਛੁੱਟੀ ਕਾਹਤੋਂ ਹੋ ਗਈ ਆ ਚਲੋ ਜਾਓ ਫਿਰ ਜਾਓ ਜਾਓ ਸਕੂਲ ਪੜ ਗਏ ਅਭੀ ਬੱਚੇ ਆ ਰਹੇ ਆ ਛੁੱਟੀ ਹੋ ਗਈ ਇਨਕੋ ਯਾਰ ਚਲੋ ਸ਼ਾਬਾਸ਼ ਚਲੋ ਛਾਬਰ ਭਾਲ ਲਿਆ ਤੂੰ ਹਾਂ ਮੋਟਿਆ ਰਸ਼ ਪੈ ਗਿਆ ਸ਼ਾਹਰੁਖ ਤੁਸੀਂ ਗਰਾਊਂਡ ਕਹੋ ਨਾ ਸਕੂਲ ਦੀ ਆਹ ਲੜਾਈ ਲੱਗਣੀ ਲੱਗਣੀ ਹੈ ਮੈਨੂੰ ਜਿੱਥੇ ਤੱਕ ਲੱਗ ਰਿਹਾ ਇਹ ਇੱਕ ਇਸ਼ੂ ਬਣ ਗਿਆ ਉਹ ਆਪਕੋ ਬਾਅਦ ਮੈਂ ਬਤਾਤਾ ਹੂੰ ਅਭੀ ਰਸ਼ ਕਰਾ ਹੂੰ ਦੁਕਾਨ ਕੇ ਬਾਹਰ ਨਾ ਤੋ ਬਸ ਆਪਕੋ ਬਾਅਦ ਮੈਂ ਬਤਾਤਾ ਹੂੰ ਕਿਆ ਸੀਨ ਹੋਇਆ ਇਸ਼ੂ ਬਹੁਤ ਬੜਾ ਬਣ ਗਿਆ ਯਾਰ ਲੜਾਈ ਕਾ ਬਣ ਰਿਹਾ ਇਸ਼ੂ ਅਭੀ ਬਾਦਲ ਵੀ ਹੈ ਦੋਸਤੋ ਔਰ ਧੂਪ ਵੀ ਨਿਕਲ ਗਈ ਹੈ ਯਾਰ ਇਹ ਦੇਖ ਰਹੇ ਆਪ ਨੀਚੇ ਪਾਣੀ ਹੈ ਥੋੜਾ ਥੋੜਾ ਅਭੀ ਨਾ ਬਾਰਿਸ਼ ਵੀ ਅਭੀ ਥੋੜੀ ਥੋੜੀ ਹੋਈ ਹੈ ਤਾਂ ਦੋਸਤੋ ਯਾਰ ਇਹ ਜੋ ਰਸ਼ ਬਾਰ ਲਗਾ ਹੁਆ ਥਾ ਨਾ ਇਹ ਗੌਰਮੈਂਟ ਸਕੂਲ ਹੈ ਮਾਰੇ ਉਧਰ ਨਾ ਪਹਿਲੇ ਵਾਲੀਬਾਲ ਖੇਲਾ ਕਰਦੇ ਥੇ ਉਹ ਹੈਡ ਮਾਸਟਰ ਕਹਿ ਰਿਹਾ ਕਿ ਉਹ ਵਾਲੀਬਾਲ ਮੈਨੇ ਨਹੀਂ ਖੇਲਣੇ ਦੇਣਾ ਤਾਂ ਉਹ ਇਸ ਲਈ ਭੀੜ ਹੋਈ ਥੀ ਇਹ ਇਕੱਠੇ ਹੋ ਕਰ ਜਾ ਰਹੇ ਹੈਡ ਮਾਸਟਰ ਕੇ ਪਾਸ ਕਿ ਹਮਨੇ ਖੇਲਣਾ ਹਰ ਹਾਲ ਮੈਂ ਖੇਲਣਾ ਹੈ ਗਰਾਊਂਡ ਮੇ ਨਾ ਸਕੂਲ ਕੀ ਤੋ ਪਤਾ ਨਹੀਂ ਕਿਆ ਸੀਨ ਬਣਤਾ ਉਨਕਾ ਯਾਰ ਅਭੀ ਆਪਕੋ ਮੈਂ ਖੁਦ ਹੈਰਾਨ ਹੂੰ ਇੱਕ ਮੁਰਗੀ ਕੀ ਤੀਨ ਟਾਂਗੇ ਹੈ ਮੈਂ ਆਪਕੋ ਬਤਾਨੇ ਲਗਾ ਮੁਰਗੀ ਕੀ ਤੀਨ ਟਾਂਗੇ ਆਪ ਵੀ ਚੌਂਕੇ ਹੋਗੇ ਬਲੈਲਰ ਮੁਰਗੀ ਹੈ ਉਹ ਖੁੱਡੇ ਮੈਂ ਉਹ ਬਤਾਤਾ ਹੂੰ ਆਪਕੋ ਇੱਕ ਮੁਰਗੀ ਹੈ ਇੱਕ ਹੀ ਹੈ ਔਰ ਤੀਸਰੀ ਟਾਂਗ ਉਸਕੇ ਪਿੱਛੇ ਹੈ ਲਮਕਾਈ ਹੋਈ ਤੀਨ ਟਾਂਗੇ ਆਪ ਦੇਖਣਾ ਖੁਦ ਆਪਣੀ ਆਖੋ ਸੇ ਚਲਤੇ ਦਿਖਾਣੇ 12:30 ਦਾ ਟਾਈਮ ਹੋ ਗਿਆ ਚੱਲ ਭਾਈ ਲੋਕ ਵੀ ਨਿਕਲਣੇ ਲੱਗੇ ਕਹਿ ਰਹੇ ਥੇ ਕਿ ਮੈਂ ਨਿਕਲਣ ਲਗਾ ਹੂੰ ਮੈਸੇਜ ਮੁਝੇ ਆਇਆ ਵੀ ਮੁਰਗੀ ਪਹਿਲੇ ਦਿਖਾਤਾ ਹੂੰ ਆਪਕੋ ਜਾ ਕਰਨਾ
ये देखें दोस्तों, तीन टांगों वाली मुर्गी यार, ये देख रहे हैं आप सामने, ये देखें माशाल्लाह तीन टांगे इस मुर्गी की, एक ये, एक ये, एक ये, ये पीछे ये देखें एक हल्की सी, तीन टांगे मुर्गी की। ओए यार ये देखें, और देखें तीसरी, तीसरी टांग उसके पीछे है, वो देख रहे हैं आप, मुझे खुद ही यकीन नहीं हो रहा था कि तीन टांगे हैं इसकी। ओ खलो, ओ भाई, ओ खलो भाई, ओ भाई खलो खलो, ये देख। ओए यार इसे जिबा काट देना। तो यार कैसी लगी आपको तीन टांगों वाली मुर्गी? यार मैं तो खुद हैरान था कि तीन टांगों वाली मुर्गी, अजीब है ना कुछ। ट्रैक्टर इधर नहीं है वो जी, अबू जी और चाचू जी और उनके दोस्त गए हैं दो नंबर पर कोई मर्चे का बी लगाने, तो वो अभी आएंगे शाम को मेरे ख्याल में, इंशाल भाई लोग चले गए हैं, इंशाल भाई लोग ना, तो वो पहुंचने वाले हैं तकरीबन वो दो तीन घंटे तक पहुंचाना लोड। आज ये कितनी सुनी सुनी जगह लग रही है यार। अग्नि मारिया, हेलो, अब किन्ने मारिया ओए? बच्चे इधर काफी ज्यादा खेल रहे हैं और इसे पता नहीं किसी ने मारा है। और किन्ने मारिया सुनते सही? हेलो, एक किया एक करना जी गायन मारना। अभी मैंने दोस्तों आपको ना अपने बच्चे भी नहीं दिखाए, दोवें गायें सुई हुई हैं, तो वो आपको दिखाएंगे इंशाल्लाह काले तो परसों पक्का, इंशाल्लाह भाई आए थे उधर ही बिजी रहा, तो इंशाल्लाह काले परसों बताऊंगा। घर में कपड़े धोकर खुशक करने के लिए ये फोल दिए गए हैं यार, दलिया दलिया उनको देना ये यार। तू मारा फजानू है? फजानू किने मारा है? उधर ना बोली सच्ची, तू झूठ बोलना पे सच्ची सची फिर ठीक है। तू मारा है? तू मारा नहीं। ये जो दोस्तों कपड़े हैं बाहर नहीं खुशक हुए, तो घर वालों ने चारपाई लटा कर ऊपर कपड़े फोल दिए ताकि ये खुशक हो जाए जल्दी से जल्दी। जनाब हाँ जी, की है मुझे बात? मच्छरदानी ला लिया। मच्छरदानी के अंदर सोना आज आपने? ओए किधर है ये लाइट काम थी और मैंने ये भी जला ली है, ये सोलर वाली है और ये है लाइट वाली। पैसे बहुत है, मैंने कहा बिल आया थोड़ा सा ना। और ये हाँ मद ने आज मच्छरदानी लगा लिया क्योंकि गर्मी आ गई है, जब गर्मी आती है तो फिर मच्छर भी सरेआम आ जाता है यार। इसलिए ये मच्छरदानी लगा कर सोएगा, ये मेरी मच्छरदानी है पर लगा हामद ने ली है। इधर अमू जी ने होना है, इधर अहमद ने, इस चार पर मैं आऊंगा और इस जगह दादा जी होंगे यार। और इंशाल भाई लोग भी यार लाहौर खैर खरीयत से पहुंच गए हुए हैं यार फाइनली। हाँ जी और कोई लाभ नहीं रहा, लाइट बंद कर दिया, बिल बहुत आना यार, ऐसे नहीं है। हमारे इधर दो तीन दिन यही लगी रहनी है बस, समझ लें आप। हाँ जी की हाल ने जा फिर। चाचू जी, चाचू जी लेटेंगे यार, चार्जर लगाते हैं, चार्जर मोबाइल सही ने, कल के चूजे अंदर हैं बंद और मैं उन्हें देखने आया हूँ फाइनली यार। अंदर ही है, खैर खरीयत से है सब, पानी है आज अगे। चलो चलो डिस्टर्ब मैं कर रहा हूँ इन्हें, तो इसे दरवाजे को आवाजा बंद कर देते हैं यार, मोबाइल चार्ज लगाने लगा अभी मैं ना, मोबाइल जो मेरा फुल हो गया, अभी मैंने व्लॉग एडिट करना है। तो ठीक है यार, आज का दोस्तों प्यारा सा व्लॉग था, इधर ही एंड, उम्मीद है पसंद आया, लाइक शेयर कमेंट लाजमी कर दो, तो मिलते हैं कल, अपना बहुत सारा ख्याल रखना, दीजिए अपने अहमद खा को ज्यादा दुआ में दोस्तों, याद रखना, अल्लाह हाफिज़।